ਰਹਿਮਾਨ-ਏ-ਰਹੀਮ ਅਸਲਾਮ ਅਲੈਕੁਮ। ਦੁਆ ਕਰਨਾ ਮੇਰੇ ਤਮਾਮ ਬੈਣ ਦੀ ਜਿੱਥੇ ਰਹਿਣ ਖੁਸ਼ ਰਹਿਣ ਬਾਦ ਰਹਿਣ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੇ ਮੇਰੇ ਤਮਾਮ ਮਾਸ਼ਾਅੱਲਾ। ਕਿੱਦਾਂ ਜੀ ਅੱਜ ਸਵੇਰ ਜੀ ਆ ਗਈਆਂ ਤਾਂ ਬਾਈ ਬਰਾਦ ਜੀ ਨੇ ਬੁਲਾ ਲਿਆ। ਮੈਂ ਕਿਹਾ ਮੇਰੇ ਇਕੱਲੇ ਕੋਲ ਜਿਹੜੀ ਕੋਈ ਨਹੀਂ ਸੱਟੀਆਂ ਜਾਣੀਆਂ, ਟੇਕ ਜਾਣਾ ਜਾਣੀ ਇੱਟਾਂ ਭਰੀ ਜਾਂਦੇ ਆ ਤੇ ਇੱਕ ਜਾਣਾ ਸਿੱਟੀ ਜਾਂਦੇ ਆ। ਕਿਉਂਕਿ ਮੈਂ ਬਰੀ ਆਵਾਂਗਾ ਇੱਟਾਂ ਤੇ ਬਾਈ ਅੱਗੇ ਜੇ ਸੱਟੀ ਆਵੇਗਾ ਕੋਈ 20 ਰੇੜੀਆਂ ਸੱਟ ਲਵੇਗਾ, ਫਿਰ ਜੇ ਬਰੀ ਆਵੇਗਾ ਤੇ ਕੋਈ 20 ਮੈਂ ਸੱਟ ਲਵਾਂਗਾ। ਗਰਮੀ ਤਾਂ ਆਜ ਅੱਲਾ ਦਾ ਸ਼ੁਕਰ ਆ, ਗਰਮੀ ਪਹਿਲੇ ਨਾ ਘੱਟ ਆ, ਠੰਡੀ ਹਵਾ ਜਿਹੜੀ ਨਾ ਚੱਲੀ ਹੋਈ ਆ, ਧੁੱਪ ਵੀ ਜਿਹੜੀ ਨਾ ਥੋੜੀ ਬਹੁਤੀ ਆ। ਨਹੀਂ ਮੈਂ ਇੱਥੇ ਖੜਾ, ਫਿਰ ਬਹਿ ਰਹੀ ਜਾਣਾ ਸਮਾਨ ਵਗੈਰਾ ਜਿਹੜਾ ਦੇ ਲਵਾਂਗੇ। ਹਾਂਜੀ ਤੇ ਇੱਟਾਂ ਵੀ ਜਿਹੜੀਆਂ ਤਕਰੀਬਨ ਅਸੀਂ ਕਹਿਣਾ 10-12 ਰੇੜੀਆਂ ਜਿਹੜੀਆਂ ਸੱਟ ਲਈਆਂ ਨੇ, ਔਰ ਬੇਗਮ ਵੀ ਜਿਹੜੀਆਂ ਰੋਟੀਆਂ ਸੁਬਹ ਦੀ ਹੁਣ ਬਣਾ ਰਹੀ ਹੈ ਕਿਉਂਕਿ ਮੈਂ ਰਿਕਵਰੀ ਤੇ ਚਲਾ ਗਿਆ ਸੀ, ਬੇਗਮ ਦੁਕਾਨ ਤੇ ਆਈ, ਇਸ ਕਰਕੇ ਰੋਟੀਆਂ ਜਿਹੜੀਆਂ ਸੁਬਹ ਕੋਈ ਨੀ ਬਣੀਆਂ। ਹਾਂ ਟਾਈਮ ਨਾ ਜੁਮਾ ਟਾਈਮ ਨਾ ਆਇਆ ਚਲੋ ਠੀਕ ਹੈ ਹੁਣ ਫਿਰ ਜਿਹੜਾ ਚਾਰ ਨਾ ਖਾ ਲਈਆਂ ਤੇ ਦੁਪਹਿਰ ਫਿਰ ਜਿਹੜਾ ਸਾਲਣ ਜਿਹੜਾ ਰੋਟੀਆਂ ਬਣਾ ਲਵਾਂਗੇ ਤੇ ਸਾਲਣ ਭਾਵੇਂ ਹੋਟਲ ਤੋਂ ਲੈ ਲਵਾਂਗੇ, ਠੀਕ ਨੇ। ਜੀ ਮੈਂ ਵੀ ਬਹਿਰ ਆ ਗਿਆ ਔਰ ਇੱਟਾਂ ਜਿਹੜੀਆਂ ਕੁਛ ਹੋਰ ਡੋ ਲੈਂਦੇ ਹਾਂ, ਬਾਈ ਬਰਾਦ ਨੂੰ ਕਿਹਾ ਮੈਂ ਫੁਲਕਾ ਫੁਲਕਾ ਜਿਹੜਾ ਹੁਣ ਖਾ ਲਈਏ ਤੇ ਬਾਅਦ ਜਿਹੜਾ ਹੋਰ ਜਾਣ ਨੂੰ ਜਿਹੜਾ ਫਿਰ ਜਿਹੜਾ ਤਕਰੀਬਨ 2 ਘੰਟੇ 2 ਵਜੇ ਕੋਈ ਜਿਹੜਾ ਰੋਟੀ ਫਿਰ ਜਿਹੜਾ ਦੁਪਹਿਰ ਟਾਈਮ ਜਿਹੜਾ ਖਾ ਲਵਾਂਗੇ। ਮੈਂ ਕਿਹਾ ਇੱਕ ਰੋਟੀ ਜਿਹੜੀ ਹੁਣ ਖਾ ਲਈ ਕਿਉਂਕਿ ਫਿਰ ਤਾਂ ਮੈਂ ਵੀ ਜਿਹੜਾ ਸਿਰਫ ਨਾਸ਼ਤਾ ਕਰਕੇ ਗਿਆ ਹੋਇਆ, 2 ਰਸ ਤੇ ਕੱਪ ਜਿਹੜਾ ਚਾਹੀਦਾ ਬਸ, ਰੋਟੀ ਹਾਲੀ ਤੀਕਰ ਜਿਹੜਾ ਹੁਣ ਖਾਣੀ ਉਹ ਟਾਈਮ ਹੀ ਕਾਫੀ ਸਾਰਾ ਹੋਇਆ ਖੋਤਾ। ਮੈਂ ਕਿਹਾ ਬਾਅਦ ਜਿਹੜਾ ਫਿਰ ਤੰਦੂਰ ਦੀ ਰੋਟੀ ਜਿਹੜੀ ਨਾ ਉਹ ਖਾ ਲਵਾਂਗੇ। ਇੱਟਾਂ ਵੀ ਤਕਰੀਬਨ ਜਿਹੜੀਆਂ ਅਸੀਂ ਇੰਨੀਆਂ ਕੁ ਜਿਹੜੀ ਨਾ ਡੋ ਲਈਆਂ, ਹੁਣ ਪਹਿਲੇ ਜਿਹੜੀ ਰੋਟੀ ਖਾ ਲਈਏ ਫਿਰ ਬਾਕੀ ਇੱਟਾਂ ਜਿਹੜੀ ਨਾ ਡੋਨੇ ਆ। ਔਰ ਮਿਸਤਰੀ ਵੀ ਜਿਹੜਾ ਬਾਈ ਕਹਿ ਰਿਹਾ ਕਿ ਸ਼ਾਮ ਟਾਈਮ ਜਿਹੜਾ ਮੈਂ ਆ ਜਾਵਾਂਗਾ, ਔਰ ਰਾਤ ਨੂੰ ਜਿਹੜੀ ਨਾ 7-8 ਮਿੰਟ ਜਿਹੜੀ ਨਾ ਲਾ ਲਵਾਂਗੇ ਨਾ ਸ਼ਾਮ ਟਾਈਮ, ਤੇ ਕਿਉਂਕਿ ਇੱਧਰੇ ਜਿਹੜੇ ਨਾ ਕੰਮ ਗਿਆ ਉਸ ਤੋਂ ਬਾਅਦ ਜਿਹੜੇ ਨਾ ਸਵੇਰੇ ਫਸਟ ਟਾਈਮ ਜਿਹੜੇ ਨਾ ਆ ਜਾਵਾਂਗੇ ਕੱਲ ਸ਼ਾਮ ਤੀਕਰ ਜਿਹੜੇ ਇਨਸ਼ਾਅੱਲਾ ਬਾਕੀ ਦੀ 2008 ਜਿਹੜੀ 2000 ਬਚੀ 2500 ਬਚੀ ਸੁਬਹ ਦੀ ਦਿਹਾੜੀ ਜਿਹੜੇ ਨਾ ਕਲੀਅਰ ਜਿਹੜੇ ਨਾ ਕਰ ਲਵਾਂਗੇ, ਕਿਉਂਕਿ ਮਿਸਤਰੀ ਬਾਈ ਨੇ ਜਿਹੜੇ ਨਾ ਸਮਝ ਲਓ ਕਿ ਠੇਕਾ ਹੀ ਜਿਹੜੇ ਨਾ ਵੱਧ ਗਿਆ, ਮਤਲਬ ਕਿ ਉਹਨੂੰ ਕਿਹਾ ਕਿ 2 ਦਿਹਾੜੀਆਂ ਜਿਹੜੇ ਨਾ ਦੀਵਾਰ ਜਿਹੜੇ ਨਾ 2 ਦਿਹਾੜੀਆਂ ਮਤਲਬ ਕਿ ਉਹਨਾਂ ਦੇ ਦੇਵਾਂਗੇ ਨਾ, ਤੇ ਮਜ਼ਦੂਰ ਜਿਹੜਾ ਆਪ ਦਾ ਹੋਵੇਗਾ ਨਾਲ ਮੈਂ ਵੀ ਆਵਾਂਗਾ, 2 ਜਣੇ ਅਸੀਂ ਹੋਵਾਂਗੇ ਤੇ 1-2 ਜਣੇ ਉਹ ਆ ਜਾਣਗੇ, ਤੇ ਅਸੀਂ ਇਹ 2 ਦਿਨਾਂ ਦੇ ਵਿੱਚ ਇਨਸ਼ਾਅੱਲਾ ਜਿਹੜਾ ਨਾ ਕੰਪਲੀਟ ਕਰ ਲੈਣਾ, ਕਿਉਂਕਿ ਦੀਵਾਰ ਤੇ ਜਿਹੜਾ ਨਾ ਠੇਕਾ ਸਮਝ ਲਓ ਮੁਨਾਸਿਬ ਹੀ ਜਿਹੜਾ ਨਾ ਮੁੱਕ ਗਿਆ, 3500 ਰੁਪਏ 'ਚ ਉਹਨਾਂ ਨੇ ਜਿਹੜਾ ਨਾ 3000 ਰੇਟ ਜਿਹੜੀ ਨਾ ਲਾ ਕੇ ਸਾਨੂੰ ਜਿਹੜੀ ਨਾ ਦੇਣੀ ਆ, ਔਰ ਸੀਮਿੰਟ ਵੀ ਜਿਹੜੀ ਨਾ 2 ਬੋਰੀਆਂ ਜਿਹੜੀ ਨਾ ਚਾਹ ਆਣੀ ਉਹ ਵੀ ਇਨਸ਼ਾਅੱਲਾ ਜਿਹੜੀ ਨਾ ਚਾਹ ਆਵਾਂਗੇ, ਤੇ ਸ਼ਾਮ ਤੀਕਰ ਜਿਹੜਾ ਨਾ 22 ਜਣੇ ਰੇਹੜੀ ਭਰਨ ਲਈ ਜਿਹੜਾ ਨਾ ਚਲਾ ਗਿਆ, ਮੈਂ ਚੱਲ ਕੇ ਜਿਹੜੀ ਇੱਟਾਂ ਜਿਹੜੀ ਨਾ ਭਰਾ ਲਵਾਂ ਪਹਿਲਾਂ। ਹਾਂਜੀ ਤੇ ਰੋਟੀ ਖਾ ਲਈ ਔਰ ਇੱਟਾਂ ਡੋਣੀਆਂ ਜਿਹੜੀਆਂ ਅਸੀਂ ਕਰਤੀਆਂ ਨੇ ਸ਼ੁਰੂ, ਔਰ ਹੁਣ 22 ਜਿਹੜੀ ਨਾ ਰੇਹੜੀ ਭਰੀ ਆਵੇਗਾ ਤਾਂ ਮੈਂ ਜਿਹੜੀ ਨਾ ਅੱਗੇ ਜਿਹੜੀ ਨਾ ਸਿੱਟੀ ਆਉਣਾ, ਤਕਰੀਬਨ ਕੋਈ 10-15 ਰੇਹੜੀਆਂ ਮੈਂ ਸੱਟਣਾ ਵੀ ਤੇ ਫਿਰ ਅਟਕ ਜਿਹੜੀ ਨਾ ਮੈਂ ਭਰਾਂਗਾ 22 ਜਿਹੜੀ ਸੱਟ ਲਵੇਗਾ ਤੇ ਇਨਸ਼ਾਅੱਲਾ ਅਸੀਂ ਵੀ ਜਿਹੜੀ ਨਾ ਰਹਿੰਦਾ ਕੋਈ 3-4 ਵਜੇ ਤੀਕਰ ਜਿਹੜੀ ਇੱਟਾਂ ਦੇ ਸਿੱਟ ਲਵਾਂਗੇ, ਫਿਰ ਜਿਹੜੀ ਮਿਸਤਰੀ ਬਾਈ ਵੀ ਜਿਹੜੀ ਕਹਿ ਰਿਹਾ ਸੀ ਕਿ 4-5 ਵਜੇ ਤੀਕਰ ਜਿਹੜੀ ਮੈਂ ਵੀ ਆ ਜਾਵਾਂਗਾ, ਆ ਤੁਹਾਨੂੰ ਸਵੇਰੇ ਫਸਟ ਟਾਈਮ ਜਾਣਾ ਸੀ ਲੇਕਿਨ ਮਿਸਤਰੀ ਜਿਹੜੀ ਨਾ ਕੰਮ ਗਿਆ ਹੋਇਆ ਔਰ ਮੈਂ ਜਿਹੜੀ ਰੇਹੜੀ ਜਿਹੜੀ ਨਾ ਲੈ ਜਾਂਦਾ।
ਚਾਰ ਹਜ਼ਾਰ ਮੇਨ ਪਰੇਸ਼ਾਨੀ ਜੇ ਇਨ ਸ਼ਾਲਾ ਖਤਮ ਹੋ ਜਾਵੇਗੀ, ਸਿਫਤ ਕਰ ਦੇਣਾ ਦੀਵਾਰ ਜੇ ਕੰਪਲੀਟ ਪਰਦਾ ਹੋ ਜਾਵੇਗਾ ਇਨ ਸ਼ਾਲਾ। ਰੇਤ ਦਾ ਰੇੜਾ ਵੀ ਅੱਜ ਜਿਹੜਾ ਸਵਾਲ ਹੈ ਸੀ 1000 ਰੁਪਏ ਦਾ, ਕਿਉਂਕਿ ਜਿੱਥੇ ਰੇਤ ਦੀਆਂ ਗੱਟਾਂ ਲੁਕੀ ਤਾਂ ਅੰਦਰ ਆ ਅੰਦਰ ਆ ਮੈਂ ਵੀ ਤਕਰੀਬਨ ਜੇ 10-11 ਰੇੜੀਆਂ ਜੇ ਸਿਟੀਆਂ ਨੂੰ ਪਾਈ ਜੇ ਇੰਨਾ ਸਿੱਟ ਰਿਹਾ ਇਹ ਨਹੀਂ ਚੱਲ, ਆਪਾਂ 3-4 ਵਜੇ ਦੀ ਡੋਹ ਲੈਣੀ ਆ, ਫਿਰ ਆਪਾਂ ਇਹਨਾਂ ਦੀ ਜੇ ਤਰਾਈ ਸ਼ੁਰੂ ਕਰਨੀ, ਤਰਾਈ ਮੁਸ਼ਕਿਲ ਆ, ਜਦੋਂ ਤਾਰ ਹੋ ਜਾਵਣਗੇ ਅੱਛੀ ਤਰੀਕੇ ਫਿਰ ਸ਼ਹਿਰ ਜਾਵਾਂਗੇ, ਸੀਮੈਂਟ ਲੈ ਆਵਾਂਗੇ ਔਰ ਰੇਤ ਤੇ ਵੀ ਪਾਣੀ ਜਿਹਾ ਛਿੜਕਣਾ ਨਹੀਂ, ਦਵਾ ਜੇ ਹੋਰ ਜ਼ਿਆਦਾ ਤੇਜ਼ ਚੱਲੀ ਨਾ ਸਾਰੀ ਉੱਡੇਗੀ ਰੇਤ ਔਰ ਦਰਵਾਜ਼ਾ ਹੀ ਜਿਹੜਾ ਬੰਦ ਕਰ ਦੇਈਏ। ਵਾਲੇਕੁਮ ਸਲਾਮ, ਇੱਟਾਂ ਪਹੁੰਚ ਆਈਆਂ ਆਪਣੀਆਂ, ਟਰਾਲੀ ਆਈ 3000 ਦੀ, ਚੱਲ ਕੱਪੜੇ ਬਦਲ ਲਾਉਣ ਠੀਕ ਹੈ। ਹਾਂ
ਨਹੀਂ 300 ਨੀ, ਤਕਰੀਬਨ 1000 ਤੋਂ ਜ਼ਿਆਦਾ ਇੱਟ ਅੰਦਰ ਆ ਗਈ ਆ। ਔਰ ਇੱਟਾਂ ਵੀ ਜਿਹੜੀ ਨਾ ਉਹ ਵੀ ਬਾਈ ਹੋਰਾਂ ਨੇ ਕਹੀਆਂ ਸੀ ਵੀ ਜਿਹੜੇ ਨਾ ਚਵਾ ਲਓ, ਕਿਉਂਕਿ ਰਸਤਾ ਜਿਹੜੇ ਨਾ ਰੁਕਿਆ ਪਿਆ ਨਾ, ਤੇ ਕਹੀਆਂ ਤਾਂ ਇਹਨੇ ਕਿ ਅੱਜ ਅਸੀਂ ਜਿਹੜੇ ਲਾਜ਼ਮਨ ਜਿਹੇ ਚਵਾ ਲਵਾਂ, ਕਿਉਂਕਿ ਇੱਥੋਂ ਜਿਹੜਾ ਬਿਲਕੁਲ ਜਿਹੜਾ ਫੁੱਟ ਇੱਕ ਦਾ ਰਸਤਾ ਜਿਹੜਾ ਬੱਚਿਆ ਤਾਂ ਇੱਥੋਂ ਗੁਜ਼ਰਨ ਲੱਗਿਆ, ਜਿਹੜੇ ਨਾ ਨਾਲ ਜਿਹੜੇ ਨਾ ਗੁਲਾਬ ਹੀ ਅੜਦੇ ਨੇ, ਅਤੇ ਉਹਨਾਂ ਜਿਹੜੇ ਨੇ ਪਤਾ ਛੱਤ ਰੱਖਣੀਆਂ ਨੇ ਕਿਤੇ ਰੱਖਣੀਆਂ ਨੇ, ਇੱਥੇ ਜਿਹੜੇ ਉਹਨਾਂ ਨੇ ਸਟੋਰ ਕੀਤੀਆਂ ਨੇ, ਮੈਂ ਕਿ ਇੱਥੋਂ ਜਿਹੜੇ ਨਾ ਚਾਹ ਲਓ ਰਸਤੇ ਦੇ ਅੱਗੇ ਜਿਹੜੇ ਨਾ ਪਈਆਂ, ਕਿਉਂਕਿ ਉਧਰੋਂ ਖਿੱਚਾ ਨਾ, ਇੱਧਰੋਂ ਜਿਹੜੇ ਨਾ ਮਿੱਟੀ ਪਈ ਹੋਈ ਰਸਤਾ ਜਿਹੜੇ ਨਾ ਲੰਘਣ ਵਾਲਾ, ਔਰ ਅੱਜ ਜਿਹੜੇ ਨਾ ਸਮਝ ਲਓ ਸਾਨੂੰ ਸ਼ਾਮ ਤੀਕਰ ਜਿਹੜੇ ਨਾ ਉਧਰੋਂ ਵੀ ਪਰੇਸ਼ਾਨੀ ਹੋਣੀ ਆ ਲੰਘਣ ਟੱਪਣ ਤੋਂ, ਅਤੇ ਲੇਕਿਨ ਕੋਈ ਨਹੀਂ ਇਨਸ਼ਾਅੱਲਾ। ਮੈਂ ਮਿਸਤਰੀ ਨੂੰ ਜਿਹੜੇ ਨੇ ਕਿਹਾ ਸੀ ਨਾ ਕਿ ਲਾਜ਼ਮਨ ਜਿਹੜੇ ਨਾ ਅੱਜ ਇਨਸ਼ਾਅੱਲਾ ਉਹ ਕਹਿ ਰਿਹਾ ਕਿ ਆ ਜਾਵਾਂ, ਕਿਉਂਕਿ ਬਲਬ ਜਿਹੜੇ ਨਾ ਤਿੰਨ ਜਿਹੜੇ ਨਾ ਬਲਦੇ ਨਾ, ਇਹ ਬਲਬ ਜਿਹੜੇ ਨਾ ਇੱਥੇ ਜਿਹੜੇ ਨਾ ਬਾਲ ਲਵਾਂਗੇ, ਬਾਕੀ ਜਿਹੜੇ ਨਾ ਲਾਈਟ ਇੱਕ ਜਿਹੜੀ ਨਾ ਲੈ ਲਵਾਂਗੇ, ਉਹ ਲਾਈਟ ਵੀ ਜਿਹੜੀ ਨਾ ਬਾਲ ਲਵਾਂਗੇ ਆਪਣੇ ਕੋਲ ਲਾਈਟ, ਇੱਥੇ ਚਾਨਣ ਕਰਕੇ ਜਿਹੜੇ ਨਾ, ਕਿਉਂਕਿ ਸਿੱਧੀ ਦੀਵਾਰ ਆ, ਇਹਦੀ ਪਰੇਸ਼ਾਨੀ ਵਗੈਰਾ ਜਿਹੜੀ ਨਹੀਂ ਹੋਵੇਗੀ। ਔਰ ਅੱਜ ਦਾਣੇ ਜਿਹੜੇ ਕਰਾਏ ਤੰਦੂਰ ਵਾਲੇ ਉਹ ਵੀ ਬੜੋਲੇ ਦੇ ਵਿੱਚ ਜਿਹੜੇ ਨਾ ਪਾਣੇ ਨੇ, ਉਵੇਂ ਜਿਹੜੇ ਨਾ ਹਫ਼ਤੇ ਦੇ ਦਾਣੇ ਜਿਹੜੇ ਨਾ ਜਮ੍ਹਾਂ ਹੋਏ ਪਏ ਨੇ ਸਾਰੇ, ਅਤੇ ਉਹ ਵਾਲੇ ਦਾਣੇ ਜਿਹੜੇ ਨਾ ਬੜੋਲੇ 'ਚ ਪਾ ਕੇ ਉਹ ਵੀ ਜਿਹੜੇ ਨਾ ਰੱਖਣੇ ਨੇ ਸੇਫ ਕਰਕੇ, ਕਿਉਂਕਿ ਹਾਲੇ ਤਾਂ ਡਿਸਾਈਡ ਨਹੀਂ ਕਰ ਸਕਿਆ ਅਸੀਂ ਪੱਕਾ ਵੀ ਬੜੋਲਾ ਜਿਹੜੇ ਨਾ ਕਿਚਨ 'ਚ ਰੱਖੀਏ ਕਿ ਕਮਰੇ 'ਚ ਰੱਖੀਏ, ਕਿਉਂਕਿ ਕਿਧਰੇ ਅੱਗੇ ਪਿੱਛੇ ਜਿਹੜੇ ਨਿਕਲਦਾ ਹੀ ਆ ਨਾ ਬੰਦਾ ਇੱਕ ਦਿਨ ਵਾਸਤੇ ਹੀ ਆ, ਕਿਉਂਕਿ ਇਸ ਦਰਵਾਜ਼ੇ 'ਤੇ ਜਿਹੜੇ ਨਾ ਇੰਨਾ ਜ਼ਿਆਦਾ ਆਸਰਾ ਨਹੀਂ ਆ, ਕਿਉਂਕਿ ਅਗਰ ਤਾਲਾ ਹੀ ਲਾ ਕੇ ਚਲੇ ਜਾਏ, ਕਿਉਂਕਿ ਬਿਲਕੁਲ ਆ ਰੋੜੇ ਵਿੱਚ ਜਿਹੜੇ ਨਾ ਫਸੇ ਹੋਏ ਨੇ ਨੁਕਰਾਂ ਦੇ, ਥੋੜ੍ਹਾ ਜਿਹਾ ਸੀਮੈਂਟ ਆ ਇਹਨੂੰ ਜ਼ਰੀ ਕਿ ਇੱਥੋਂ ਠੋਕਰ ਲੱਗ ਜਾਵੇ ਨਾ, ਅਤੇ ਮਜ਼ਬੂਤ ਇੰਨਾ ਨਹੀਂ ਆ ਦਰਵਾਜ਼ਾ, ਇਸ ਕਰਕੇ ਮੈਂ ਸੋਚ ਰਿਹਾ ਕਿ ਦਾਣੇ ਜਿਹੜੇ ਨਾ ਕਿਚਨ 'ਚ ਨਾ ਰੱਖੀਏ, ਬੜੋਲਾ ਇੱਧਰੋਂ ਜਿਹੜੇ ਨਾ ਚਾਹ ਲਈ ਕਮਰੇ ਦੇ ਵਿੱਚ ਜਿੱਥੇ ਪਹਿਲੇ ਬੜੋਲਾ ਸੀ ਨਾ, ਉੱਥੇ ਜਿਹੜੇ ਨਾ ਇੱਕ ਨੁਕਰ 'ਚ ਰੱਖ ਕੇ, ਅਤੇ ਉੱਥੇ ਜਿਹੜੇ ਨਾ ਦਾਣੇ ਜਿਹੜੇ ਨਾ ਸਟੋਰ ਕਰ ਲੈਂਦੇ ਹਾਂ ਸਾਲ ਵਾਲੇ, ਕਿਉਂਕਿ ਇੱਥੇ ਜਿਹੜੇ ਨਾ ਅਗਰ ਕੀਤੇ ਨਾ, ਅਤੇ ਕਿਉਂਕਿ ਕਿਸੇ ਕਿਸਮ ਦਾ ਕੋਈ ਮਤਲਬ ਕਿ ਇੱਥੇ ਜਿਹੜੇ ਨਾ ਮਜ਼ਬੂਤੀ ਨਹੀਂ ਆ, ਅਤੇ ਕਿਉਂਕਿ ਸਾਲ ਪੂਰਾ ਜਿਹੜੇ ਨਾ ਮਿਹਨਤ ਕੀਤੀ ਆ, ਸਮਝ ਲਓ ਸਰਦੀਆਂ ਪੂਰੀਆਂ ਮਿਹਨਤ ਕੀਤੀਆਂ, ਗਰਮੀਆਂ ਮਿਹਨਤ, ਅਤੇ ਮਿਹਨਤ ਦੇ 10-12 ਮਣ ਜਿਹੜੇ ਨਾ ਦਾਣੇ ਹੋਣੇ ਨੇ, ਇਸ ਕਰਕੇ ਇੱਥੇ ਜਿਹੜੇ ਨਾ ਨਹੀਂ ਰੱਖਾਂਗੇ, ਅੰਦਰ ਹੀ ਜਿਹੜੇ ਨਾ ਕਮਰੇ 'ਚ ਰੱਖ ਦੇਵਾਂਗੇ, ਉੱਥੇ ਜਿਹੜੇ ਨਾ ਸੇਫ ਹੋਵਣਗੇ, ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇਗੀ। ਔਰ ਮੈਂ ਜਿਹੜੇ ਨਾ ਗੱਲਾਂ 'ਚ ਖੜੋ ਗਿਆ, ਇੱਕ ਤਾਂ ਜਿਹੜੇ ਨਾ ਅੱਜ ਗਾਰਡਨ ਨੂੰ ਪਾਣੀ ਜਿਹੜੇ ਨਾ ਲਾਉਣਾ, ਇੱਕ ਜਿਹੜਾ ਕੰਮ ਕਾਫੀ ਸਾਰਾ ਹੁੰਦਾ, ਕਿਉਂਕਿ ਸਵੇਰੇ ਮੈਂ ਗਿਆ ਇੱਧਰੋਂ ਜਾਣ ਲੱਗਿਆ, ਮੈਂ ਬੱਠੇ 'ਤੇ ਗਿਆ, ਮੈਨੂੰ ਮੁਨਸ਼ੀ ਜਿਹੜੇ ਨਾ ਕੋਈ ਨਹੀਂ ਮਿਲਿਆ, ਅਤੇ ਫਿਰ ਜਿਹੜੇ ਨਾ ਰਿਕਵਰੀ 'ਤੇ ਮੈਂ ਨਿਕਲ ਗਿਆ, ਉੱਧਰੋਂ ਜਿਹੜੇ ਲੈ ਕੇ ਫਿਰ ਵਾਪਸੀ ਜਿਹੜੇ ਨਾ ਬੱਠੇ 'ਤੇ ਆ, ਇੱਟਾਂ ਉੱਥੋਂ ਲਦਵਾਈਆਂ, ਲਦਵਾ ਕੇ ਇੱਥੇ ਜਿਹੜੇ ਨਾਲ ਪਹੁੰਚਿਆ, ਰੋਟੀ ਜਿਹੜੀ ਨਾ ਹੁਣ ਖਾਈ ਆ ਮੈਂ ਸਵੇਰੇ ਦੇ ਟਾਈਮ ਵੀ, ਤਕਰੀਬਨ ਜਿਹੜੇ ਨਾ 11:30 ਦਾ ਆਉਣ ਵਾਲਾ, ਅਤੇ 12 ਦਾ ਸ਼ਾਇਦ ਟਾਈਮ ਆਉਣ ਵਾਲਾ ਹੋਵੇਗਾ, ਅਤੇ ਹੁਣ ਇੱਕ ਕੰਮ ਘੰਟਾ ਡੇਢ ਜਿਹੜੇ ਨਾ ਕਰਨੇ ਆ, ਫਿਰ ਇਨਸ਼ਾਅੱਲਾ ਜਿਹੜੇ ਅਸੀਂ ਛੁੱਟੀ ਕਰਾਂਗੇ, 2 ਘੰਟੇ ਜੁਮਾ ਪੜਨ ਜਾਵਾਂਗੇ, ਫਿਰ ਜਿਹੜੇ ਉੱਧਰੋਂ ਆਉਣ ਕੇ ਕੰਮ ਇਨਸ਼ਾਅੱਲਾ ਜਿਹੜੇ ਨਾ ਫਿਰ ਸ਼ੁਰੂ ਹੋ ਜਾਵਾਂਗੇ। ਹੋਰ ਭਾਈ ਇੱਕ ਜਿਹੜੇ ਨਾ ਬਰੀ ਪੋਤਾ ਰੇੜੀਆਂ ਮੈਂ ਸਲ ਸੱਟੀਆਂ ਰੇੜੀਆਂ ਮੈਂ ਆ ਕੇ ਜਿਹੜੇ ਨਾ ਘਾਹ ਲਾਏ ਨੇ, ਹੁਣ ਮੈਂ ਚੱਲਣਾ ਚੱਲ ਕੇ ਜਿਹੜੇ ਨਾ ਇੱਟਾਂ ਭਰਨਾ, ਅਤੇ ਭਾਈ ਜਿਹੜੇ ਨਾ ਕਿ ਜਿਹੜੇ ਨਾ ਸੱਟ ਲੈਂਦਾ ਹਨ, ਇਸੇ ਤਰ੍ਹਾਂ ਜਿਹੜੇ ਨਾ ਸਾਈ ਪਸਾਈ ਜਿਹੜੇ ਨਾ ਇਨਸ਼ਾਅੱਲਾ ਅਸੀਂ ਜਿਹੜੇ ਨਾ 1-2 ਘੰਟੇ ਤੀਕਰ ਜਿਹੜੇ ਨਾ ਇੱਟਾਂ ਜਿਹੜੇ ਨਾ ਇਨਸ਼ਾਅੱਲਾ ਜਿਹੜੇ ਨਾ ਡੋ ਲਵਾਂਗੇ, ਬਲਕਿ ਜਿਹੜੇ ਨਾ ਨਹੀਂ ਡੁੱਬਣੀਆਂ ਕਲੀਅਰ ਹੋਵੇ ਜੀ ਜੁਮੇ ਤੋਂ ਬਾਅਦ ਹੀ। ਨਿਕਲ ਜਾਵਾਂਗੇ
ਤਕਰੀਬਨ ਉਹ ਵੀ ਦੋ ਕੁ ਸਾਲ ਜਿਹੜੇ ਨਾ ਗਏ ਨੇ ਪਹਿਲੇ ਛੁੱਟੀ ਜਦੋਂ ਪਹਿਲਾਂ ਸਿਕਮਰਾ ਪਾਇਆ ਸੀ ਉਦੋਂ ਜਿਹੜੇ ਲਵਾਇਆ ਤੁਹਾਨੂੰ ਦੋਵੇਂ ਸਾਈਡਾਂ ਜਿਹੜੀਆਂ ਦੋਵਾਂ ਦੇ ਫਿਊਜ਼ ਜਿਹੜੇ ਨਾ ਉੱਡ ਗਏ ਪਿਛਲਾ ਜਿਹੜਾ ਇੱਕ ਬਟਨ ਜਿਹਾ ਖੁੱਲਦਾ ਹੋਇਆ ਉਹ ਵੀ ਖਰਾਬ ਹੋਇਆ ਗਰਜ ਬਿਜਲੀ ਜਿਹੜੀ ਬੰਦ ਹੋ ਗਈ ਸੀ ਪਰਸੋਂ ਪਰਲੇ ਦਿਨ ਵੀ ਅਤੇ ਫਿਰ ਜਿਹੜਾ ਉਹ ਸਟਾਇਆ ਇੱਕ ਸਾਈਡ ਜਿਹੜਾ ਉਹ ਕਟਵਾਇਆ ਫਿਰ ਜਿਹੜੇ ਡਰੈਕ ਚਲਾਏ ਹੁਣ ਬ੍ਰੇਕਰ ਲਾਜ਼ਮੀ ਲੈ ਕੇ ਆਉਣਾ ਕਿਉਂਕਿ ਬ੍ਰੇਕਰ ਦੇ ਕਾਫੀ ਸਾਰੇ ਜਿਹੜੇ ਫਾਇਦਾ ਹੁੰਦਾ ਕਿਧਰੇ ਜਿਹੜਾ ਤਾਰ ਰਲ ਜਾਂਦੀ ਹੈ ਕੋਈ ਸ਼ਾਰਟਿੰਗ ਵਗੈਰਾ ਤਾਰ ਦੀ ਹੁੰਦੀ ਹੈ ਨਾ ਅਤੇ ਇਸ ਕਰਕੇ ਜਿਹੜਾ ਉਹ ਫੌਰੀ ਤੌਰ ਆਪਣੇ ਆਪ ਹੀ ਬੰਦ ਹੋ ਜਾਂਦਾ ਜੀ ਕਾਫੀ ਸਾਰੇ ਜਿਹੜੇ ਨਾਲ ਸੌਲਾ ਤਾਂ ਅੱਛੀ ਤਰੀਕੇ ਜਿਹੜਾ ਮਜ਼ਬੂਤ ਕਰਕੇ ਮੈਂ ਲੱਭ ਲਵਾਂ ਬਾਹਰ ਦੇ ਰਸਤੇ ਦੇ ਵਿੱਚ ਇਹਨਾਂ ਕੋਈ ਪਰੇਸ਼ਾਨੀ ਨਾ ਬਣੇ ਵਾਪਸ ਆ ਜਾਏ ਟਿਕਟਾਂ ਤੋਂ ਪਹਿਲੇ ਪਹਿਲੇ ਜਿਹੜਾ ਘਰ ਵਾਪਸ ਆ ਗਏ ਨੇ ਕੋਈ ਜਾਂਦੇ ਆਰਾਮ ਦੇ ਟਿਕਟਾਂ ਜਿਹੜੀਆਂ ਢੋਲ ਚੰਗਲ ਜਿਹੜੀਆਂ ਮਿਲੀਆਂ ਨੇ ਅਤੇ ਅੱਜ ਤੱਕ ਜਿਹੜਾ ਰੇਤਾ ਰਹਿਣਾ ਜਿਹੜਾ ਉਹ ਵਾਈ ਨੂੰ ਜਿਹੜਾ ਕਹਿਣਾ ਸੀ ਹੁਣ ਆਵੇਂ ਲੱਗਿਆ ਜਿਹੜਾ ਕਹਿ ਕੇ ਲਿਆਉਣਾ ਲੇਕਿਨ ਜਿਹੜਾ ਮੇਰੇ ਯਾਦ ਕੁਝ ਗਿਆ ਅਤੇ ਕੁਝ ਵਾਪਸ ਜਿਹੜਾ ਰੇਤਾ ਰਹਿਣਾ ਜਿਹੜਾ ਸਮਾਂ ਜਿਹੜਾ ਤਾਂ ਅੱਜ ਆ ਜਾਵੇ ਜਾਂ ਐਕਸਪੀਰੀਅੰਸ ਪਹਿਲਾਂ ਜਿਹੜਾ ਇਸਤਰੀ ਜਿਹੜਾ ਲਾਵਾਂਗੇ ਅਤੇ ਬਾਈ ਨੂੰ ਜਿਹੜਾ ਰਾਤ ਨੂੰ ਕਾਲ ਕੀਤੇ ਲੱਗੇ ਆ ਲੈ ਕੇ ਮੇਰੇ ਕੋਲ ਜਿਹੜਾ ਟਾਈਮ ਕੋਈ ਨਹੀਂ ਆਸ ਦੱਸ ਦਿਨ ਲੇਕਿਨ ਫਿਰ ਉਹਨੂੰ ਦੁਬਾਰਾ ਕਰਾਂਗੇ ਮੈਂ ਜਿਵੇਂ ਕਿਸੇ ਹੋਰ ਮਿਸਟਰੀ ਦਾ ਪਤਾ ਕਰਕੇ ਮੇਰੀ ਪਹਿਲਾਂ ਜਿਹੜਾ ਸਵੇਰੇ ਲਾਜ਼ਮੀ ਜਿਹੜਾ ਮਿਸਤਰੀ ਲਾਉਣਾ ਕਿਉਂਕਿ ਪਹਿਲਾਂ ਤਾਂ ਜਿਹੜਾ ਮੈਂ ਰਿਕਵਰੀ 'ਤੇ ਜਿਹੜਾ ਆਊਟ ਕੋਈ ਸੀ ਲੇਕਿਨ ਮੈਂ ਕਿ ਜੇ ਅੱਜ ਰਿਕਵਰੀ 'ਤੇ ਨਾ ਗਿਆ ਨਾ ਅਤੇ ਅੱਜ ਦਿਨ ਛੁੱਟੀ ਹੋਵੇਗੀ ਸੁਬਾਹ ਦੀ ਵੀ ਪਰਸੋਂ ਦੀ ਵੀ ਪਰਲੇ ਦਿਨ ਵੀ ਚਾਰ ਦਿਨ ਜਿਹੜੇ ਗੁਜ਼ਰ ਜਾਣੇ ਨੇ ਉਸ ਤੋਂ ਬਾਅਦ ਜਿਹੜਾ ਸ਼ਾਇਦ ਜਾਣਾ ਲੇਟ ਹੋ ਜਾਵੇ ਅਤੇ ਇਸ ਵਾਸਤੇ ਮੈਂ ਕਿ ਅੱਜ ਨਿਕਲ ਜਾਂਦੇ ਹਾਂ ਤਿੰਨ ਪਹਿਲਾਂ 9-10 ਵਜੇ ਤਾਂ ਤਿੰਨ ਪਹਿਲਾਂ ਘਰ ਵਾਪਸ ਜਿਹੜਾ ਆ ਜਾਵਾਂਗੇ ਉਸ ਤੋਂ ਬਾਅਦ ਰਿਹਾ ਸਫ਼ਰ ਵੀ ਕਾਫੀ ਸਾਰਾ ਮੋਟਰਸਾਈਕਲ ਨੂੰ ਕੋਈ ਮਸਲਾ ਬਣੇ ਕੋਈ ਪਰੇਸ਼ਾਨੀ ਨਾ ਬਣੇ ਤਾਂ ਕਿ ਜੇ ਮੈਂ ਆਰਾਮ ਸੁਣਾ ਘਰ ਜਿਹੜਾ ਵਾਪਸ ਆ ਜਾਵਾਂ ਔਰ ਫਿਲਹਾਲ ਜਿਹੜਾ ਰਸਤਾ ਤਾਂ ਤੁਸੀਂ ਜਿਹੜਾ ਦੇਖਿਆ ਹੀ ਹੋਣਾ ਔਰ ਕੋਠੀ ਜਿਹੜਾ ਬਣੀ ਹੋਤੀ ਮਾਸ਼ਾ ਅੱਲਾ ਬਹੁਤ ਹੀ ਪਿਆਰੀ ਜਿਹੜਾ ਘਰ ਜਿਹੜਾ ਬਣਾਇਆ ਬਾਈ ਉਹਨਾਂ ਨੇ ਬੜਾ ਹੀ ਪਿਆਰਾ ਜਿਹੜਾ ਲੱਗ ਰਿਹਾ ਕਿਉਂਕਿ ਇੱਥੇ ਕਿੰਨਾ ਥਾਵਾਂ ਦੇ ਵਿੱਚ ਜਿਹੜਾ ਨਾ ਜੋ ਰੋਜ਼ ਜ਼ਿਆਦਾ ਫਸਲਾਂ ਦੇ ਅੰਦਰ ਜਿਹੜਾ ਉਹ ਸੂਰਤ ਸੂਰਤ ਜਿਹੜਾ ਕੋਠੀਆਂ ਜਿਹੜਾ ਬਣੀਆਂ ਹੋਈਆਂ ਪਿੰਡਾਂ ਦੇ ਫਸਲਾਂ ਦੇ ਵਿੱਚ ਉਸ ਫਸਲਾਂ ਦੇ ਵਿੱਚ ਜਿਹੜਾ ਉਹਨਾਂ ਦਾ ਵਿਊ ਬਹੁਤ ਪਿਆਰਾ ਆਉਂਦਾ ਕਿਉਂਕਿ ਇੱਥੇ ਅੱਗੇ ਜਿਹੜੀਆਂ 4-5 ਕੋਠੀਆਂ ਜਿਹੜੀਆਂ ਬਣੀਆਂ ਹੋਈਆਂ ਪਿਛਲੇ ਵੀ ਲਾ ਗਏ ਤਾਂ ਤੁਹਾਨੂੰ ਮੈਂ ਨਹੀਂ ਦਿਖਾ ਸਕਿਆ ਲੇਕਿਨ ਉੱਥੇ ਜਿਹੜਾ ਫਸਲਾਂ ਦੇ ਵਿੱਚ ਜਿਹੜਾ ਜ਼ਿਮੀਂਦਾਰਾਂ ਨੇ ਜਿਹੜਾ ਕੋਠੀਆਂ ਜਿਹੜੀਆਂ ਬਣਾਈਆਂ ਹੋਈਆਂ ਬੜੀਆਂ ਹੀ ਪਿਆਰੀਆਂ ਜਿਹੜੀਆਂ ਲੱਗਦੀਆਂ ਨੇ
ਕਿਉਂਕਿ ਜੋ ਜੀ ਸ਼ਹਿਰ ਵਿੱਚ ਕੋਠੀਆਂ ਬਣੀਆਂ ਹੋਈਆਂ ਹੁੰਦੀਆਂ, ਇੱਥੇ ਪਿੰਡਾਂ ਦੇ ਵਿੱਚ ਇੰਨਾ ਕੋਠੀਆਂ ਲੋਕਾਂ ਨੇ ਇੰਨਾ ਬਣਾਈਆਂ ਹੋਈਆਂ। ਅੱਜ ਤਾਂ ਤਕਰੀਬਨ ਜੇ ਨਾ ਅੱਧਾ ਸਫ਼ਰ ਜੇ ਨਾ ਕਰ ਰਿਹਾ, ਅੱਗੇ ਜਿਹੜਾ ਸਫ਼ਰ ਅੱਧੇ ਘੰਟੇ ਦਾ ਵੀ ਇੰਨਾ ਰਹਿ ਗਿਆ, ਇਸ ਮੌਕੇ ਤਕਰੀਬਨ 15 ਕਿਲੋਮੀਟਰ ਜੇ ਦਾ ਸਫ਼ਰ ਰਹਿ ਗਿਆ। ਸਾਹਮਣੇ ਜੇ ਇੰਨਾ ਪਿੰਡ ਜਾਂਦਾ, ਮੈਂ ਦਾਣੇ ਵੀ ਲੈਣੇ ਨੇ, ਤੰਦੂਰ ਵੀ ਜਾਣਾ ਦੇਣਾ, ਔਰ ਅੱਜ ਮੌਸਮ ਵੀ ਜਾਣਾ ਠੰਡਾ, ਕਿਉਂਕਿ ਬਦਲ ਬਣੇ ਉਹਨਾਂ ਠੰਡੀ ਹਵਾ ਜੇ ਇੰਨਾ ਚੱਲ ਰਹੀ ਆ। ਹਾਂਜੀ, ਅਤੇ ਤੰਦੂਰ ਜਿਹੜਾ ਲਾ ਕੇ ਇੱਥੇ ਜੇ ਨੇ ਇੱਕ ਦਫ਼ਾ ਜਿਹੜਾ ਰੱਖਿਆ, ਕਿਉਂਕਿ ਤੰਦੂਰ ਜਿਹੜਾ ਅੱਗੇ ਜਾ ਕੇ ਦੇਣਾ, ਇੱਥੋਂ ਮੈਂ ਆਖਿਆ ਪਹਿਲੇ ਵਾਲੇ ਤੰਦੂਰਾਂ ਦੇ ਜਿਹੜਾ ਦਾਣੇ ਲੈ ਲਏ ਵੀ, ਉਹ 30 ਕਿਲੋ ਦਾਣੇ ਜਿਹੜਾ ਮੈਨੂੰ ਮਿਲ ਗਏ ਨੇ ਦੋ ਤੰਦੂਰਾਂ ਦੇ, ਇੱਧਰ ਜਿਹੜਾ ਨਾਲ ਜਿਹੜਾ ਰੱਖ ਲਏ, ਅਤੇ ਬਾਕੀ ਜਿਹੜਾ ਤੰਦੂਰਾਂ ਦੇ ਦਾਣੇ ਜਿਹੜੇ ਨੇ ਇਨਸ਼ਾਲਾ ਇਕੱਠੇ ਕਰਕੇ ਤਕਰੀਬਨ ਘੰਟਾ ਕੁ ਮੈਨੂੰ ਪਿੰਡ ਜਿਹੜਾ ਹੋਰ ਲੱਗ ਜਾਣਾ, ਕਿਉਂਕਿ ਇੱਥੋਂ ਜਿਹੜਾ ਇਸ ਘਰੋਂ ਜਿਹੜਾ ਦਾਣੇ ਲੈਣੇ ਨੇ, ਫਿਰ ਜਿਹੜਾ ਇੱਥੋਂ ਅਗਲੇ ਘਰੋਂ ਜਿਹੜਾ ਦਾਣੇ ਲੈਣੇ ਨੇ, ਇਸੇ ਤਰ੍ਹਾਂ ਕਰਕੇ ਜਿਹੜਾ ਪਿੰਡ 'ਚੋਂ ਅਲੱਗ ਅਲੱਗ ਜਿਹੜਾ ਘਰਾਂ 'ਚ ਜਿਹੜਾ ਦਾਣੇ ਲੈਣੇ ਨੇ। ਇੱਧਰੋਂ ਜਿਹੜਾ ਪਤਾ ਕਰ ਲੈਣਾ, 1-2 ਗਰ 'ਤੇ ਜਿਹੜਾ ਮਿਲੇ, ਕੋਈ ਤਾਲਾ ਜਿਹੜਾ ਲੱਗੇ ਹੋਇਆ ਸੀ, 1 ਗਰ ਗਿਆ ਉਹਨਾਂ ਨੇ ਹਾਲੇ ਤੱਕ ਕਣਕ ਜਿਹੜਾ ਗਾਈ ਕੋਈ ਨਹੀਂ ਆਈ, ਕਿਉਂਕਿ ਇਸੇ ਪਿੰਡ ਜਿਹੜੇ 2 ਰਕਸ਼ੇ ਜਿਹੜਾ ਲਿਆ ਕੇ ਤੰਦੂਰਾਂ ਦੇ ਦਿੱਤੇ ਸੀ, ਸਭ ਤੋਂ ਜ਼ਿਆਦਾ ਜਿਹੜੇ ਇਸੇ ਪਿੰਡ 'ਚ ਜਿਹੜਾ ਤੰਦੂਰ ਸੀ, ਅਤੇ ਅੱਜ ਜਿਹੜਾ ਰਿਕਵਰੀ ਜਿਹੜੇ ਕਲੀਅਰ ਕੋਈ ਨਹੀਂ ਹੋਣੀ, 1 ਦਫ਼ਾ ਜਿਹੜਾ ਫਿਰ ਆਉਣਾ ਪੈਣਾ, ਅਤੇ ਹੁਣ ਦੀਵਾਰ ਜਦੋਂ ਮੁਕੰਮਲ ਹੋਊਗੀ ਨਾ ਫਿਰ ਇਨਸ਼ਾਲਾ ਜਿਹੜਾ ਆਵਾਂਗਾ। ਹਾਂਜੀ, ਅਤੇ ਉੱਧਰੋਂ ਜਿਹੜਾ ਦਾਣੇ ਲੈ ਲਏ, ਹੁਣ ਇਸ ਘਰੋਂ ਜਿਹੜਾ ਦਾਣੇ 1 ਤੰਦੂਰ ਦੇ ਜਿਹੜਾ ਲੈਣੇ ਨੇ, ਇੱਧਰੋਂ ਜਿਹੜਾ ਲੈ ਕੇ ਫਿਰ ਜਿਹੜਾ ਚੱਲਿਆ ਵਾਪਸ ਤੰਦੂਰ ਜਿਹੜਾ ਚਾਹੁੰਦੇ ਹਾਂ, ਤੰਦੂਰ ਚਾਹ ਕੇ ਉਹ ਜਿਹੜਾ ਪੁਚਾ ਕੇ ਤੁਹਾਨੂੰ ਦਾਣੇ ਲੈ ਲੈਂਦੇ ਹਾਂ। ਹਾਂਜੀ, ਅਤੇ ਮੈਂ ਵੀ ਚੱਲਿਆ ਹੁਣ ਵਾਪਸ ਹੋ ਰਿਹਾ ਇਹ ਵਾਲਾ ਜਿਹੜਾ ਤੰਦੂਰ, ਇੱਥੇ ਜਿਹੜਾ ਰਸਤੇ 'ਤੇ ਜਿਹੜਾ ਦੇਣਾ, ਮੈਂ ਤਾਂ ਜਿਹੜਾ ਪਿੰਡ ਦੇ ਅੱਗੇ ਜਿਹੜਾ ਦੇਣਾ, ਕਿਉਂਕਿ ਜਿਸ ਕਾਰਨ ਮੇਰੇ ਕੋਲ ਤੰਦੂਰ ਜਿਹੜਾ ਮੰਗਵਾਇਆ ਸੀ, ਮੈਨੂੰ ਕਿਹਾ ਸੀ ਉਹਨੇ ਕਿਹਾ ਕਿ ਇੱਧਰ ਜਿਹੜਾ ਜਿੱਥੋਂ ਲੰਘ ਕੇ ਤੁਸੀਂ ਆਇਆ ਉਹਨਾਂ ਉੱਥੇ ਜਿਹੜਾ ਤੰਦੂਰ ਦੇਣਾ, ਅਤੇ ਨਾਮ ਪਤਾ ਜਿਹੜਾ ਉਹਨਾਂ ਨੇ ਮੈਨੂੰ ਦੱਸਿਆ, ਕਿਉਂਕਿ ਘਰ ਜਿਹੜਾ ਪੁੱਛ ਕੇ ਅਤੇ ਉਹਨਾਂ ਜਿਹੜਾ ਤੰਦੂਰ ਜਿਹੜਾ ਦੇ ਦੇਣਾ, ਜਵਾਹ ਕਰਿਆ ਲੈ ਲਵੇ ਤੰਦੂਰ ਜਿਹੜਾ ਵਾਪਸ ਜਾਣਾ ਜਿਹੜਾ ਬੜਾ ਮੁਸ਼ਕਿਲ ਆ। ਹੋਰ ਦਾਣੇ ਵੀ ਜਿਹੜਾ ਇੱਥੋਂ ਮੈਨੂੰ ਜਿਹੜਾ ਮਿਲ ਗਏ ਨੇ 3 ਤੰਦੂਰਾਂ ਦੇ, ਬਾਕੀ ਜਿਹੜਾ ਕੁਝ ਤੰਦੂਰਾਂ ਦੇ ਦਾਣੇ ਜਿਹੜਾ ਰਹਿ ਗਏ ਨੇ, ਉੱਧਰ ਹੁਣ ਜਿਹੜਾ 2-3 ਦਿਨ ਜਿਹੜਾ ਲੇਟ ਆਵਾਂਗੇ ਉਸ ਜਿਸ ਸਾਰੇ ਘਰਾਂ ਦੇ ਜਿਹੜਾ ਕਣਕ ਪਹੁੰਚ ਜਾਵੇਗੀ, ਨਹੀਂ ਤਾਂ ਫਿਰ ਜਿਹੜਾ ਸਾਰਿਆਂ ਦੇ ਜਿਹੜਾ ਦਾਣੇ ਮੈਨੂੰ ਜਿਹੜਾ ਮਿਲ ਜਾਣਗੇ। ਔਰ ਇਹ ਸਾਹਮਣੇ ਪਿੰਡ ਜਿਹੜਾ ਤੰਦੂਰ ਹੈ ਵਾਲਾ ਜਿਹੜਾ ਮੈਂ ਦੇਣਾ, ਹਾਂਜੀ, ਅਤੇ ਤੰਦੂਰ ਜਿਹੜਾ ਘਰ ਦੇਣਾ ਸੀ ਉੱਥੇ ਮੈਂ ਜਿਹੜਾ ਪਹੁੰਚਿਆ ਔਰ ਤੰਦੂਰ ਲਾ ਕੇ ਜਿਹੜਾ ਰੱਖਤਾ, ਔਰ ਇੱਧਰੋਂ ਜਿਹੜਾ ਦਾਣੇ ਲੈ ਕੇ ਫਿਰ ਜਿਹੜਾ ਚੱਲਣੇ ਆ, ਤੰਦੂਰ ਦੀ ਮਿਲੀ ਅਤੇ ਜਿਹੜਾ ਹਾਫ ਕੀਮਤ ਆ, ਅਤੇ ਲੇਕਿਨ ਚਲੋ ਕੋਈ ਨਹੀਂ ਮੰਗਾਇਆ ਸੀ ਉਹਨਾਂ ਨੇ, ਤਾਂ ਲੇਕਿਨ ਜਿਹੜਾ ਉਹਨਾਂ ਨੇ ਰੇਟ ਦੇ ਅੱਗੇ ਜਿਹੜਾ ਬਹਿਸ ਕੀਤੀ ਕਿੰਨੇ ਜਿਹੜਾ ਅਸੀਂ ਨਹੀਂ ਦੇਣੇ, ਅਤੇ ਹਾਫ ਕੀਮਤ ਜਿਹੜਾ ਜਾ ਰਿਹਾ, ਮੈਂ ਆਖਾਂ ਵਾਪਸ ਲੈ ਕੇ ਜਾਈ ਤਾਂ ਰਸਤੇ ਜਿਹੜਾ ਟੁੱਟ ਨਾ ਜਾਵੇ, ਇਸ ਕਰਕੇ ਹੁਣ ਜਿਹੜਾ ਮਜਬੂਰਨ ਫਿਰ ਜਿਹੜਾ ਦੇਣਾ ਪੈ ਗਿਆ। ਹਾਂਜੀ, ਅਤੇ ਤੰਦੂਰ ਦੇ ਕੇ ਮੈਂ ਵੀ ਚੱਲਿਆ ਹੁਣ ਘਰ ਵਾਪਸ, ਹੋ ਜਾਣ ਲੱਗਿਆ ਜਿਹੜਾ ਬੱਠੀ ਟੂਟਾਂ ਦਾ ਜਿਹੜਾ ਪਤਾ ਕਰਕੇ ਜਾਣਾ, ਜੋ ਹਾਲੀ ਫਿਕਰ ਜਿਹੜਾ ਉਹਨਾਂ ਦੀ ਸ਼ਾਇਦ ਪੁਚਾਈਆਂ ਕਿ ਨਹੀਂ ਪੁਚਾਈਆਂ, ਲੇਕਿਨ ਫਿਲਹਾਲ ਫਿਰ ਵੀ ਜਿਹੜਾ ਬੱਠੀ ਪਤਾ ਕਰਕੇ ਜਿਹੜਾ ਜਾਵਾਂਗੇ ਨਾ, ਕਿਉਂਕਿ ਪਿਛਲੀ ਦਫ਼ਾ ਜਿਹੜਾ ਐਵੇਂ ਕਰਦੇ ਜਿਹੜੀ ਡਿਲੀਵਰੀ ਹੈ, ਮੈਂ 2-3 ਦਿਨ ਜਿਹੜਾ ਇੱਦਾਂ ਲੇਟ ਭੇਜਦੇ, ਲੇਕਿਨ ਹੁਣ ਜਾਣ ਲੱਗਿਆ ਲਾਜ਼ਮ ਜਿਹੜਾ ਉਹਨਾਂ ਨੂੰ ਲੈ ਕੇ ਜਾਵਾਂਗੇ। ਅਤੇ ਘਰ ਵਾਪਸ ਜਿਹੜਾ ਮੈਂ ਪਹੁੰਚ ਆਵਣ ਲੱਗਿਆ, ਜਿਹੜਾ ਬੱਠੇ 'ਤੇ ਵੀ ਜਿਹੜਾ ਗਿਆ ਸੀ, ਔਰ ਇੱਟਾਂ ਦੀ ਟਰਾਲੀ ਜਿਹੜਾ ਲੱਦੀ ਖੜੀ ਸੀ, ਔਰ ਜਿਹੜਾ ਬਾਈ ਉਹ ਲੈ ਕੇ ਜਿਹੜਾ ਆਉਣਾ ਆ ਗਏ ਨੇ, ਔਰ ਮੈਂ ਵੀ ਜਿਹੜਾ ਦਾਣੇ ਲਾ ਕੇ ਜਿਹੜਾ ਕਿਚਨ ਨੇ ਜਿਹੜਾ ਰੱਖ ਲਵਾਂ, ਅਤੇ ਇਨਸ਼ਾਲਾ ਸਵੇਰੇ ਜਿਹੜਾ ਦੀਵਾਰ ਜਿਹੜਾ ਇਹਦੇ ਸਾਈਡ 'ਤੇ ਜਿਹੜਾ ਬਣ ਜਾਵੇਗੀ, ਔਰ ਦਾਣੇ ਵੀ ਮਾਸ਼ਾਅੱਲਾ ਤਕਰੀਬਨ ਜਿਹੜਾ ਮਣ 1.25 ਮਣ ਜਿਹੜਾ ਦਾਣੇ ਜਿਹੜਾ ਹੋ ਜਾਣੇ ਨੇ।
ਹਾਂਜੀ ਸਫ਼ਰ ਬਹੁਤ ਜ਼ਿਆਦਾ ਸੀ, ਤੰਦੂਰੀ ਜਿਹੜੀ ਤੰਦੂਰ ਜਿਹੜਾ ਇੱਥੋਂ ਲੈ ਕੇ ਗਿਆ ਆਪ ਕੀਮਤ ਦੇਣਾ ਪਿਆ, ਉਹਨਾਂ ਨੂੰ ਉੱਥੇ ਬਹਿਸ ਕੀਤੀ ਨਹੀਂ ਹੈ ਬਹੁਤ ਮਹਿੰਗਾ ਇੰਨੇ ਦਾ ਜਿਹੜਾ ਅਸੀਂ ਨਹੀਂ ਲਵਾਂਗੇ, ਮੈਂ ਕਿਹਾ ਜੇ ਹੁਣ ਵਾਪਸ ਲੈ ਕੇ ਜਾਵਾਂ ਤਾਂ ਟੁੱਟ ਨਾ ਜਾਵੇ, ਉਹ ਆਪ ਕੀਮਤ ਤੇ ਫਿਰ ਮਜਬੂਰਨ ਜਿਹੜਾ ਮੈਨੂੰ ਦੇਣਾ ਪਿਆ। ਚਲੋ ਇੱਟਾਂ ਜਿਹੜੀ ਨਾ ਆ ਰਹੀਆਂ ਹੁਣ ਮੈਨੂੰ ਜੇ ਠੰਡਾ ਪਾਣੀ ਜਿਹੜਾ ਦੇ ਦੇ ਔਰ ਪਾਣੀ ਜਿਹੜਾ ਮੈਂ ਪੀ ਲਵਾਂ, ਸਵੇਰੇ ਜਿਹੜਾ ਮੈਂ ਨਾਸ਼ਤਾ ਕਰਕੇ ਜਿਹੜਾ ਗਿਆ ਸੀ ਸਿਰਫ ਦੋ ਰਸ ਤੇ ਚਾਹ ਜਿਹੜਾ ਪੀ ਕੇ, ਔਰ ਹੁਣ ਟਾਈਮ ਤਕਰੀਬਨ ਜਿਹੜਾ 10-10 ਜਿਹੜਾ ਹੋਣ ਵਾਲਾ 9 ਤੋਂ ਜਿਹੜਾ ਟਾਈਮ ਹੋ ਗਿਆ ਤੇ ਇੱਟਾਂ ਵਾਲਾ ਬਾਈ ਜਿਹੜਾ ਆ ਰਿਹਾ ਔਰ ਇੱਟਾਂ ਵੀ ਜਿਹੜੀ ਅੰਦਰ ਡੋਣੀਆਂ ਨੇ। ਚਲੋ ਅੱਜ ਮੌਸਮ ਜਿਹੜਾ ਕੁਝ ਪਹਿਲੇ ਨਾਲ ਜਿਹੜਾ ਠੰਡਾ ਧੁੱਪ ਤਾਂ ਹੈ ਲੇਕਿਨ ਇਹ ਆ ਕਿ ਠੰਡੀ ਹਵਾ ਜਿਹੜੀ ਨਾ ਚੱਲ ਰਹੀ ਆ ਨਾ ਤੇ ਇਸ ਕਰਕੇ ਜਿਹੜਾ ਨਾ ਇੱਟਾਂ ਜਿਹੜੀਆਂ ਮਿਸਲ ਜਿੰਨੀਆਂ ਡੁੱਕੀਆਂ ਡੋ ਲਵਾਂਗੇ ਜਿੱਥੇ ਇੱਟਾਂ ਦੀ ਟਰਾਲੀ ਵੀ ਜਿਹੜੀ ਨਾ ਪਹੁੰਚ ਜਾਏ ਕਿਉਂਕਿ ਆਉਣ ਲੱਗਿਆ ਜਿਹੜਾ ਉੱਥੋਂ ਮੈਂ ਜਿਹੜਾ ਤੋਰ ਕੇ ਆਇਆ ਸੀ ਔਰ ਉਹ ਸਾਹਮਣੇ ਜਿਹੜਾ ਨਾ ਬਾਈਕ ਇੱਟਾਂ ਜਿਹੜੀ ਨਾ ਲੈ ਕੇ ਆਇਆ ਖੜਾ। ਔਰ ਇੱਥੇ ਜਿਹੜਾ ਨਾ ਇੰਜ ਕਰਕੇ ਜਿਹੜਾ ਲਵਾ ਲੈਂਦੇ ਹਾਂ, ਹਾਂ ਐਂ ਕਰਕੇ ਇੱਥੇ ਵੀ ਲੈ ਜਾ ਲਾਣੀਆਂ ਇਸ ਜਗ੍ਹਾ ਤੇ ਹਨ ਇੱਥੇ ਕਰਕੇ ਵੀ ਐਂ ਬੈਕ ਵਾਲੇ ਸਾਹਿਬ ਕੋਈ ਲਾ ਜਾ। ਤੇ ਇੱਟਾਂ ਵੀ ਤਕਰੀਬਨ ਜਿਹੜਾ 1500 ਜਿਹੜਾ ਅੰਦਰ ਰੇਟ ਜਿਹੜਾ ਆ ਗਈ ਆ, ਪਿੱਛੇ ਜਿਹੜਾ 1500 ਜਿਹੜਾ ਰਹਿ ਗਈ ਆ ਔਰ ਅਸੀਂ ਵੀ ਜਿਹੜਾ 10-12 ਆਲਰੇਡੀਆਂ ਸੱਟ ਕੇ ਤੇ ਕਰਨ ਲੱਗੇ ਹਾਂ ਛੁੱਟੀ। ਹੁਣ ਮੈਂ ਜਿਹੜਾ ਬਾਈਕ ਚਲਾਇਆ ਕਰੇਗਾ ਤਾਂ ਮੈਂ ਜਿਹੜਾ ਗਰੇਡੀਆਂ ਜਿਹੜਾ ਸੱਟ ਲਈਆਂ ਕਿਉਂਕਿ ਜਿਹੜਾ ਸਾਈਆਂ ਨਾਲ ਜਿਹੜਾ ਕੰਮ ਹੁੰਦਾ ਕਿਉਂਕਿ ਜਿਹੜੇ ਕਿਸੇ ਟਾਈਮ ਆਲਰੇਡੀ ਖਿੱਚਦਾ ਜਿਹੜਾ ਮੈਂ ਬਰਾਈ ਕਰ ਦੇਣਾ ਫਿਰ ਉਹ ਬਰਾਈ ਕਰਦਾ ਮੈਂ ਜਿਹੜਾ ਖਿੱਚ ਲੈਂਦਾ ਚੋਣ ਹੀ ਅਸੀਂ ਜਿਹੜਾ ਤਕਰੀਬਨ ਜਿਹੜਾ ਘੰਟੇ ਦੋ ਦਿਨ ਅੰਦਰ ਜਿਹੜਾ ਇੱਟ ਜਿਹੜਾ ਸੇਟ ਲਈ ਆ ਔਰ ਬਾਕੀ ਅੱਜ ਦੇ ਵਾਲਾ ਵਿਲਾਗ ਵੀ ਕਰ ਰਿਹਾ ਇੱਥੇ ਹੀ ਖਤਮ। ਇਨਸ਼ਾਅੱਲਾ ਮਿਲਨੇ ਆ ਇੱਕ ਸਨੈਕਸ ਅੱਛੇ ਅੱਛੇ ਵਿਲਾਗ ਦੇ ਵਿੱਚ, ਆਪਣਾ ਡੇਰ ਸਾਰਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ, ਇਹਨਾਂ ਦੁਆਵਾਂ ਦੇ ਇਜਾਜ਼ਤ, ਅੱਲਾ ਹਾਫਿਜ਼।